ਸਾਡੇ ਕੋਲ ਨਾ ਕੱਲ ਇਦਾਂ ਹੀ ਨਾ ਸ਼ਾਮੀ ਮਰੀਜ਼ ਸਾਡੇ ਕੋਲ ਨਾ ਰੋਜ਼ ਅੰਕਲ ਸ਼ਾਮੀ ਆਏ ਹੀ ਮਰੀਜ਼ ਹੁੰਦੇ ਨੇ ਜਿਵੇਂ ਜਿੱਥੇ ਅਸੀਂ ਬੈੰਨੇ ਆ ਉੱਥੇ 50 100 ਮਰੀਜ਼ ਇਦਾਂ ਹੀ ਹੈਲਪ ਲਾਈਨ ਆਉਂਦੇ ਨੇ ਤੇ ਸਿੱਧੂ ਵੀਰੇ ਨਾਲ ਜਦੋਂ ਮੈਂ ਤੇ ਇਕਬਾਲ ਵੀਰਾ ਗਏ ਸੀ ਜਦੋਂ ਗਾਣਾ ਸ਼ੂਟ ਕਰ ਰਹੇ ਸੀ ਲੈਵਲ ਮੋਹਾਲੀ ਮੈਂ ਕਿਹਾ ਮੈਂ ਦੱਸ ਰਿਹਾ ਸੀ ਭਾਈ ਜਦੋਂ ਆਪਾਂ ਲੈਵਲ ਗਾਣਾ ਸ਼ੂਟ ਕਰ ਰਹੇ ਸੀ ਨਾ ਉਦੋਂ ਗਏ ਸੀ ਉਦੋਂ ਕਹਿੰਦਾ ਮਾ ਆਣਾ ਤੇ ਉੱਥੇ ਹੀ ਪੈਸੇ ਫੜਾਨ ਲੱਗ ਗਿਆ ਕਿ ਆ ਪੈਸੇ ਜਾ ਕੇ ਦੇ ਦੇਈ ਮੈਂ ਕਿਹਾ ਨਹੀਂ ਭਾਈ ਆਣਾ ਪੈਣਾ ਤੇ ਫਿਰ ਉੱਥੇ ਇਕਬਾਲ ਵੀਰਾਂ ਦਾ ਪ੍ਰੋਗਰਾਮ ਬਣ ਰਿਹਾ ਸੀਗਾ ਕਿ ਆਉਂ ਇੱਥੇ ਸਾਡੇ ਕੋਲ ਜਿਵੇਂ ਪੇਸ਼ੈਂਟ ਹੁੰਦੇ ਨੇ ਜਿਹੜੇ ਅਲੱਗ-ਅਲੱਗ ਆ ਜਿਹੜੀ ਛੋਟੀ ਬੱਚੀ ਸਾਡੇ ਕੋਲ ਇਹਦੀ ਕਿਡਨੀਆਂ ਖਰਾਬ ਹੈ ਦੋਨੋਂ ਇਹ ਸਾਡੇ ਕੋਲ ਸਾਲ ਤੋਂ ਹੈਲਪ ਲੈ ਰਹੇ ਨੇ ਡੇਢ ਸਾਲ ਤੋਂ ਇਹਨਾਂ ਦੀ ਕਿਡਨੀਆਂ ਡੈਮੇਜ ਹੈ ਇਹ ਹੈਲਪ ਲੈ ਰਹੇ ਨੇ ਇਹ ਹੈਲਪ ਲੈ ਰਹੇ ਇਹਨਾਂ ਦੀ ਵਾਈਫ ਹੈ ਇਹਨਾਂ ਦਾ ਚੰਗਾ ਕਾਰੋਬਾਰ ਸੀਗਾ ਜੀ ਕਿਸੇ ਟਾਈਮ ਤੇ ਹੁਣ ਵਾਈਫ ਨੂੰ ਪੈਰਾਲਾਈਜ਼ ਹੋ ਗਿਆ ਡਾਕਟਰ ਨੇ 1.80 ਹਜ਼ਾਰ ਦੇ ਕਿੱਲੇ ਇੰਜੈਕਸ਼ਨ ਹੀ ਦੱਸੇ ਲਾਣ ਤਾਂ ਇਦਾਂ ਦੇ ਰੋੜ ਸਾਡੇ ਕੋਲ 100 ਮਰੀਜ਼ 150 ਮਰੀਜ਼ ਪੂਰੇ ਪੰਜਾਬ ਭਰ ਚੋਂ ਇੱਕ ਮੈਨੂੰ ਮਾਤਾ ਜੀ ਦਾ ਫੋਨ ਆਇਆ ਸੀ ਇੱਕ ਪੇਸ਼ੈਂਟ ਵਾਸਤੇ ਉਹ ਹੈ ਨਹੀਂ ਉਹ ਸਿੱਧੂ ਬਾਈ ਦਾ ਡਰਾਈਵਰੀ ਕੀਤੀ ਉਹਨੇ ਇਲੈਕਸ਼ਨਾਂ ਚ ਉਹ ਵਿਚਾਰੇ ਦੀ ਮਾਂ ਬੜੀ ਬਿਮਾਰ ਉਹਦਾ ਆਪਰੇਸ਼ਨ ਹੋਣਾ 25000 ਦਾ ਤਾਂ ਅਸੀਂ ਪਹਿਲਾਂ ਕੋਸ਼ਿਸ਼ ਕਰੀ ਦੀਏ ਕਿ ਪੇਸ਼ੈਂਟ ਦਾ ਲਾਜ ਸਰਕਾਰੀ ادارے ਥਰੂ ਵੀ ਫ੍ਰੀ ਹੋ ਜਾਵੇ ਆਯੁਸ਼ਮਨ ਕਾਰਡ ਸਕੀਮਾਂ ਜਾਂ ਜਿਹੜੀ ਉਹ ਬਣ ਜਾਂਦੀਆਂ ਸਕੀਮਾਂ ਸਰਪੰਚ ਤੋਂ ਲਿਖਾ ਲਓ ਐਮਐਲਏ ਤੋਂ ਲਿਖਾ ਲਓ ਉਹਦੇ ਨਾਲ ਫ੍ਰੀ ਹੋ ਜਾਂਦਾ ਫਿਰ ਜੇ ਨਹੀਂ ਹੁੰਦਾ ਫਿਰ ਅਸੀਂ ਜਿਹੜੇ ਸੋਸ਼ਲ ਮੀਡੀਆ ਤੇ ਡੋਨਰ ਨੇ ਸਾਡੇ ਡੋਨੇਸ਼ਨ ਕਰਨ ਲਿਆ ਉਹਨਾਂ ਨੂੰ ਬੁਲਾਈਦਾ ਫਿਰ ਉਹ ਆ ਕੇ ਇੱਥੇ ਸੇਵਾ ਕਰਦੇ ਨੇ ਫੇਰ ਮੈਨੂੰ ਸੀਗਾ ਸਿੱਧੂ ਵੀਰੇ ਨੇ ਤਾਂ ਆਣਾ ਸੀ ਉਹ ਨਹੀਂ ਆ ਸਕੇ ਹੁਣ ਉਹਨਾਂ ਦੀ ਤੁਸੀਂ ਅੱਗੇ ਜਿਹੜੀ ਰੀਤ ਕਿਉਂਕਿ ਸਿੱਧੂ ਬਾਈ ਦੇ ਨਾਮ ਤੇ ਬੜੇ ਬੰਦੇ ਆਉਂਦੇ ਨੇ ਕਿ ਅਸੀਂ ਉਹਦੇ ਫੈਨ ਆ ਉਹਦੀਆਂ ਟੀ-ਸ਼ਰਟਾਂ ਪਾ ਕੇ ਕਿ ਪਿੰਡ ਚ ਬਾਈ ਲੰਦਾ ਸੀਗਾ ਕੈਂਪ ਤੇ ਉਹ ਬੜਾ ਕਰਦਾ ਸੀ ਸੋਸ਼ਲ ਮੀਡੀਆ ਤੇ ਹਸਪੀਟਲ ਦਾ ਉਹਦਾ ਸੁਪਨਾ ਸੀ ਕੈਂਸਰ ਦਾ ਮੇਰੇ ਨਾਲ ਵਟਸ ਇੰਸਟਾਗ੍ਰam ਤੇ ਬੜੀ ਬੜੀ ਕਿਹਾ ਕਿ ਮੈਨੂੰ ਸੇਵਾ ਦੱਸ ਮੈਨੂੰ ਸੇਵਾ ਦੱਸ ਮੈਨੂੰ ਸੇਵਾ ਦੱਸ ਬੜੀ ਬੜੀ ਕਿਹਾ ਤੇ ਬਸ ਉਹੀ ਚੱਕਰ ਸੀਗਾ ਸਿੱਧੂ ਬਾਈ ਕਹਿੰਦਾ ਸੀ ਖਾਤੇ ਚ ਪੋਲ ਐ ਮੈਨਾਂ ਕਾ ਖਾਤੇ 'ਚ ਨਹੀਂ ਪਾਉਣੇ ਆਣਾ ਹੀ ਪੈਣਾ ਤੁਹਾਨੂੰ ਮਤਲਬ ਤਕਰੀਬਨ ਜਦੋਂ ਯੂਕੇ ਯੂਕੇ ਸੀਗੇ 2019 ਦੇ ਵਿੱਚ ਉਦੋਂ ਗੱਲ ਹੋਈ ਸੀ ਕਿ ਮੈਂ ਆਉਂਗਾ ਫਿਰ ਆਂਦੇ 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 ਬਸ ਲੇਟ ਹੋ ਗਏ ਫਿਰ ਅਸੀਂ ਰੋਜ਼ ਸ਼ਾਮ ਨੂੰ ਪਿਛਲੇ 8 ਸਾਲ ਹੋ ਗਏ 8 ਸਾਲ ਤੋਂ ਇੱਕ ਵੀ ਨਾਗਾ ਨਹੀਂ ਹੈਗਾ 8 ਸਾਲ ਤੋਂ ਰੋਜ਼ ਸਵੇਰੇ ਸਾਡਾ ਇਸ਼ੂ ਟੀਮ ਮੈਂਬਰ ਇਸ਼ੂ ਕਿੱਥੇ ਆਹ ਇਹ ਟੀਮ ਮੈਂਬਰ ਇਹ ਸਾਰਾ ਸਾਹਮਦਾ ਜੀ ਤੇ ਇਦਾਂ ਹੀ ਪੂਰੀ ਟੀਮ ਹੈ ਸਾਡੀ ਇਹ ਸਾਰਾ ਕਰਦੀ ਹੈ ਜੀ ਇੱਥੋਂ ਪਹਿਲੇ ਪੇਸ਼ੈਂਟ ਤੋਂ ਸ਼ੁਰੂ ਕਰਾ ਲਓ ਤੁਸੀਂ ਸੁਣਿਆ ਹੋਣਾ ਨਾਮ ਸਿੱਧੂ ਮੂਸੇ ਵਾਲੇ ਦਾ ਉਹਨਾਂ ਦੇ ਫਾਦਰ ਸਾਹਿਬ ਨੇ ਤੇ ਉਹਨਾਂ ਨੇ ਸੇਵਾ ਕਰਨ ਆਣਾ ਸੀਗਾ ਪਰ ਪਰਮਾਤਮਾ ਦੇ ਰੰਗ ਕਹਿ ਲੋ ਜਾਂ ਜੋ ਵੀ ਹੋਇਆ 1 ਸਾਲ ਪਹਿਲਾਂ ਆ ਨਹੀਂ ਸਕੇ ਤਾਂ ਅੱਜ ਉਹਨਾਂ ਦੇ ਮੰਮੀ ਡੈਡੀ ਉਹਨਾਂ ਵੱਲੋਂ ਸੇਵਾ ਕਰਨ ਆਏ ਨੇ ਇੱਕ ਤਰ੍ਹਾਂ ਦਾ ਆਸ਼ੀਰਵਾਦ ਆ ਬਾਪੂ ਜੀ ਨੇ ਜੀ ਇਹਨਾਂ ਦਾ ਇਲਾਜ ਹੋਣਾ ਉਹਨਾਂ ਦੇ ਅੱਖਾਂ ਦਾ ਇਲਾਜ ਸਾਡੇ ਕੋਲ ਤਕਰੀਬਨ ਪਿਛਲੇ 6-7 ਮਹੀਨੇ ਤੋਂ ਚੱਲ ਰਿਹਾ ਮੰਨ ਲਓ ਹਰ ਪੇਸ਼ੈਂਟ ਦੀ ਆਪਣੀ ਆਪਣੀ ਸਟੋਰੀ ਹੈ ਕੋਹ ਬੰਦਾ ਇਹਦਾ ਮੁੰਡਾ ਸੀਗਾ ਜੀ 4 ਦਿਨ ਦਾ ਜਦੋਂ ਡਾਕਟਰਾਂ ਨੇ ਜਵਾਬ ਦੇ ਆ ਕਿਡਨੀਆਂ ਡੈਮੇਜ ਆ ਦੋਨੋਂ ਇਹਦੀਆਂ ਪਹਿਲੇ ਨੰਬਰ ਜਿਹੜਾ ਬੈਠਾ ਮੁੰਡਾ ਇਹ ਫਿਰ ਸਾਡੇ ਕੋਲ ਆਇਆ ਇਹਦਾ ਛੋਟਾ ਬੱਚਾ ਜੀ ਹੁਣ ਮਹੀਨੇ ਦਾ ਹੋ ਗਿਆ ਤੇ ਇਲਾਜ ਜੋਗੇ ਪੈਸੇ ਨਹੀਂ ਕਿਉਂਕਿ ਡੈਲਸਿਸ ਆ ਜਿਹੜੇ ਸਰਕਾਰੀ ਦੇ ਵਿੱਚ ਘੱਟ ਨੇ ਮਸ਼ੀਨਾਂ ਪਰ ਪੇਸ਼ੈਂਟ ਬਹੁਤ ਜ਼ਿਆਦਾ ਨੇ ਪੰਜਾਬ ਦੇ ਡੈਲਸਿਸ ਦੇ ਤਾਂ ਹੁਣ ਵੈਸੇ ਅਸੀਂ ਆਪਣੀ ਜਗ੍ਹਾ ਵੀ ਬਣਾਉਣ ਜਾ ਰਹੇ ਹਾਂ ਜਿੱਥੇ ਪੂਰੇ ਸੈਟਅਪ ਚ ਲੋਕਾਂ ਨੂੰ ਪੰਜਾਬ ਭਰ ਦੇ ਮਰੀਜ਼ਾਂ ਨੂੰ ਅਸੀਂ ਗਾਈਡ ਕਰਾਂਗੇ ਕਿ ਮਤਲਬ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਟਾਈਮ 'ਚ ਪੰਜਾਬ 'ਚ ਕੋਈ ਮੈਡੀਕਲੀ ਮਰੀਜ਼ ਰਵੇ ਨਾ ਜਿਹਨੂੰ ਹੈਲਪ ਦੀ ਲੋੜ ਹੈ ਮੈਂ ਦੱਸ ਰਿਹਾ ਸੀ ਆਂਟੀ ਕਿ ਜਿਵੇਂ ਨਾ ਅਸੀਂ ਇਦਾਂ ਹੀ ਬੈੰਨੇ ਆ ਰੋਜ਼ ਲੁਧਿਆਣੇ ਇੱਕ ਜਗ੍ਹਾ ਸਾਡੀ ਮੋਡਲ ਟਾਊਨ ਫਿਰ ਅਸੀਂ ਇੱਕ ਮਰੀਜ਼ ਨਾਲ ਗੱਲ ਕਰਦੇ ਆ ਉਹਦੇ ਘਰ ਦੀ ਇਨਕੁਆਇਰੀ ਕਰਦੇ ਜਿੱਦਾਂ ਹੁਣ ਆ ਭਾਈ ਸਾਹਿਬ ਨੇ ਇਹਨਾਂ ਦੀ ਵਾਈਫ ਦੇ ਇੰਜੈਕਸ਼ਨ ਲੱਗਣੇ ਨੇ ਜਿੱਦਾਂ 1 ਲੱਖ 80 ਹਜ਼ਾਰ ਦੇ ਪੈਰਲਾਈਜ਼ ਹੈ ਪੀਜੀਆਈ ਚ ਡਾਕਟਰ ਨੇ ਕਾਰਡ ਬਣਾ ਕੇ ਦਿੱਤਾ ਹੈ ਦਿਖਾਓ ਫਿਰ ਅਸੀਂ ਇਹਨਾਂ ਦੀ ਵੀਡੀਓ ਪਾਣੇ ਆ ਰਹੀ ਸੋਸ਼ਲ ਮੀਡੀਆ ਤੇ ਲੋਕ ਇਹਨਾਂ ਨੂੰ ਹੈਲਪ ਦੇਣ ਆਂਦੇ ਨੇ ਤੇ ਫਿਰ ਇਦਾਂ ਇੰਜੈਕਸ਼ਨ ਹੁੰਦੇ ਨੇ ਜਿੱਦਾਂ ਹੁਣ ਪੀਜੀਆਈ ਨੇ ਲਿਖਤਾ ਕਿ ਇਹਨਾਂ ਦੇ 1 ਲੱਖ 80 ਹਜ਼ਾਰ ਦੇ ਇੰਜੈਕਸ਼ਨ ਲੱਗਣੇ ਨੇ ਨਹੀਂ ਤਾਂ ਇਹਦੀ ਵਾਈਫ ਦੀ ਡੈਥ ਹੋ ਜਾਏਗੀ ਬੱਚਾ ਕੋਈ ਹੈ ਨਹੀਂ ਇਹਨਾਂ ਦੇ ਇਹੀ ਨੇ ਤਾਂ ਆ ਬੱਚੀ ਸੁਨੱਖਿ ਬਿਟੇ ਇਧਰ ਆ ਆ ਬ ਹਫਤੇ ਤੇ ਤਿੰਨ ਤਾਂ ਤੁਹਾਡਾ ਅਸ਼ੀਰਵਾਦ ਦੁਆਣਾ ਸਾਰਿਆਂ ਨੂੰ ਥੋੜਾ ਥੋੜਾ ਪਹਿਲੇ ਤੋਂ ਲੈ ਕੇ ਅੰਤ ਤੱਕ ਤੁਸੀਂ ਜਰੂਰ ਦਿਓ ਇਧਰ ਹੋ ਜਾਓ ਬਾਈ ਆ ਜਾ ਇੱਕ ਇੱਕ ਕਰਕੇ ਦੇ ਦਿਓ ਆਂਟੀ ਤੁਸੀਂ ਨਾ ਇਹਨਾਂ ਲਈ ਜਰੂਰ ਅਰਦਾਸ ਕਰਿਓ ਇਹ ਮਦਦ ਕਰਨ ਆਏ ਨੇ ਅੱਜ ਤੁਹਾਡੇ ਲਈ ਪਹਿਲੇ ਜਿਆਦਾ ਪਰਮਾਤਮਾ ਦਾ ਨਾਮ ਲੈਣਾ ਵੱਡੀ ਗਲਤੀ ਸਭ ਤੋਂ ਬਿਲਕੁਲ ਵੱਡਾ ਤਾਂ ਉਹੀ ਹੈ ਦੇ ਦਿਓ ਆਂਟੀ ਇੱਕ ਇੱਕ ਕਰਕੇ ਦੇ ਦਿਓ ਸਾਰਿਆਂ ਨੂੰ ਲਓ ਜੀ ਵਾਹਿਗੁਰੂ ਲਓ ਜੀ ਵਾਸਿਕਾ ਇਹਨਾਂ ਦੇ ਮਦਰ ਨੂੰ ਕੈਂਸਰ ਹੈ ਜੀ ਉੱਥੋਂ ਇਲਾਜ ਕਰਾ ਰਹੇ ਨੇ ਇਹ ਸਿੱਧੂ ਮਸੇਰੇ ਵਾਲੇ ਜੀ ਦੇ ਮਾਤਾ ਜੀ ਇਹਨਾਂ ਦੇ ਕਿਡਨਰੀਆਂ ਡੈਮੇਜ ਹੈ ਜੀ ਇਹਨਾਂ ਦੇ ਵਾਈਫ ਨੇ ਇੰਜੈਕਸ਼ਨ ਲਗਦੇ ਨੇ ਪੀਜੀਆਈ ਤੋਂ ਇਹ ਵੀ 1.5-2 ਸਾਲ ਤੋਂ ਹੈਲਪ ਲੈ ਰਹੇ ਨੇ ਇਹ ਸੁਨਾਕਸ਼ੀ ਇਹਦੇ ਵਾਸਤੇ ਜਰੂਰ ਕਰੇ ਜੀ ਬੜੀ ਪਿਆਰੀ ਭੈਣ ਆ ਸਾਡੀ ਮਤਲਬ ਬੜੀ ਜ਼ਿੰਦਗੀ ਨਾਲ ਅੰਕਲੇ ਜ਼ਿੰਦਗੀ ਨਾਲ ਲੜ ਰਹੀ ਹੈ ਬਹੁਤ ਜ਼ਿਆਦਾ ਹਫਤੇ ਚ ਤਿੰਨ ਵਾਰੀ ਡਾਇਲਿਸਿਸ ਹੁੰਦੇ ਅੰਕਲ ਠੀਕ ਨਿਕਲ ਜਾਂਦੀ ਐ ਮਤਲਬ ਬਾਹਵਾ ਛੋਟੀਆਂ ਛੋਟੀਆਂ ਨਾ ਆ ਦੇਖੋ ਗਲੀਆਂ ਪਈਆਂ ਮਤਲਬ ਬਾਹਵਾ ਪੂਰੀਆਂ ਆਡਾ ਮਤਲਬ ਨਸਾਂ ਤੱਕ ਨਹੀਂ ਕਈ ਵਾਰੀ ਦਿਖਦੀਆਂ ਪਿੱਛੇ ਵੈਂਟੀਲੇਟਰ ਤੇ ਰਹੀ ਐ ਇੰਨੀ ਕਿ ਸੀਰੀਅਸ ਰਹੀਆਂ ਨੇ ਮਤਲਬ ਦੁਨੀਆ ਦੇ ਵਿੱਚ ਇਸ ਬੱਚੀ ਲਈ ਜਿੰਨੇ ਫੋਨ ਆਉਂਦੇ ਨੇ ਸਾਨੂੰ ਕਿਸੇ ਮਰੀਜ਼ ਲਈ ਨਹੀਂ ਆਉਂਦੇ ਮਤਲਬ ਲੋਕਾਂ ਨੇ ਇਹਨੂੰ ਅਡਾਪਟ ਕੀਤਾ ਹੋਇਆ ਇਹਦਾ ਸਾਰਾ ਖਰਚਾ ਡੈਲਸਿਸ ਦਾ ਕਿਡਨੀ ਦਾ ਟ੍ਰਾਂਸਪਲੈਂਟ ਦਾ ਮਤਲਬ ਲੋਕੀ ਕਹਿੰਦੇ ਕਿ ਜੇ ਕਰੋੜ ਰੁਪਏ ਵੀ ਲੱਗ ਜੂਗਾ ਇਹ ਬੱਚੀ ਬਚਾਓ ਤੁਸੀਂ ਇਹਦੇ ਲਾਵਾਂਗੇ ਕੱਲੀ ਕੁੜੀ ਐ ਜ ਇਨਾਂ ਦੇ ਵੀ ਬ੍ਰਦਰ ਹੈ ਜਿਹਦੇ ਕਿਡਨੀਆਂ ਡੈਮੇਜ ਨਾਲ ਦਾ ਇਲਾਜ ਹੁੰਦਾ ਇਹਦਾ ਖੁਦ ਦਾ ਬੱਚਾ ਜੀ ਮਹੀਨੇ ਦਾ ਉਹਦਾ ਹੁੰਦਾ ਇੱਥੋਂ ਤੇ ਬਸ ਤੁਹਾਡਾ ਅਸ਼ੀਰਵਾਦ ਹੀ ਦੁਆਣਾ ਸੀ ਜੀ ਕਿਉਂਕਿ ਸਿੱਧੂ ਵੀਰੇ ਦੀ ਵੀ ਇਹੀ ਸੋਚ ਸੀਗੀ ਹੋਗੇ ਸਾਰੇ ਪੇਸ਼ੈਂਟ ਕੋਈ ਨਹੀਂ ਤੁਹਾਨੂੰ ਦੇ ਦੋ ਲੈ ਲੈ ਸੁਨਾਖ ਸਿੰਘ ਇਹਦਾ ਹੋ ਸਕਦਾ ਜੀ ਮਹੀਨੇ ਚ ਕਿਡਨੀ ਟ੍ਰਾਂਸਪਲੈਂਟ ਵੀ ਹੋ ਜਾਵੇ ਕਿਡਨੀ ਨਹੀਂ ਮਿਲ ਰਹੀ ਇਹਦੇ ਵਾਸਤੇ ਛੋਟੀ ਹੈ ਹਜੇ ਇੱਥੇ ਆ ਕੇ ਲੱਗਦਾ ਵੀ ਪਰਮਾਤਮਾ ਕਿਤੇ ਹੈਗਾ ਹੈ। ਬਿਲਕੁਲ ਨਹੀਂ। ਕੋਮੰਦੇ ਨਹੀਂ ਹੈ। 2 ਮਿੰਟ ਜਾਵਾਂਗੇ ਸ਼ਮਸ਼ਾਨ ਘਾਟ ਜਾਂਦੇ ਹਾਂ। 2 ਮਿੰਟਾਂ ਉਹਦੇ ਬਾਅਦ ਬੰਦਾ ਫੇਰ ਆਪਣੀ ਉਸੇ ਕਲਪਨਾ ਵਿੱਚ ਟੜ ਜਾਂਦਾ। ਲੇਕਿਨ ਤੁਹਾਡੀ ਕੋਈ ਨਹੀਂ ਨਹੀਂ ਭਾਈ ਜੀ ਤੁਹਾਡਾ ਇਹ ਅਸ਼ੀਰਵਾਦ। ਸਿੱਧੂ ਵੀਰੇ ਨੇ ਕਿਹਾ ਇਹਨਾਂ ਲੰਬਾ ਸਮਾਂ ਕਹਿ ਨਹੀਂ ਗੱਲਾਂ ਕੁਝ ਹੋਰ ਹੈ ਪਰ ਹਕੀਕਤ ਦੇ ਵਿੱਚ ਜਦੋਂ ਬੰਦਾ ਦੇਖਦਾ ਨਾ ਫਿਰ ਬਹੁਤ ਵੱਡੀ ਸਿੱਖ। ਸਿੱਧੂ ਵੀਰੇ ਨੇ ਇੰਸਟਾਗ੍ਰਾਮ ਤੇ ਮੈਨੂੰ ਬੜੇ ਮੈਸੇਜ ਕੀਤੇ ਮੇਰੀ ਸੇਵਾ ਲਵਾ ਸੇਵਾ ਲਵਾ। ਮੈਂ ਕਹਿੰਦਾ ਜੀ ਮੈਂ ਖਾਤੇ 'ਚ ਨਹੀਂ ਪਾਉਣੇ ਵੀਰੇ ਮੈਂ ਤੁਹਾਡੇ ਚਰਨ ਪਾਉਣੇ ਤੁਸੀਂ ਆਓ। ਗਾਲੀ ਪ੍ਰਮਾਤਮਾ ਦੀ ਨਹੀਂ ਨਹੀਂ ਤੁਸੀਂ ਤੁਹਾਡਾ ਅਸ਼ੀਰਵਾਦ ਨਹੀਂ ਤੁਹਾਡਾ ਅਸ਼ੀਰਵਾਦ ਚੱਲਾਂਗੇ ਤੁਹਾਡਾ ਅਸ਼ੀਰਵਾਦ ਆਪਣਾ ਬਹੁਤ ਵੱਡਾ ਪਰਿਵਾਰ ਹੈ ਅਸ਼ੀਰਵਾਦ ਹੈ ਤੁਹਾਡਾ ਧੰਨਵਾਦ ਜੀ ਆਲੋ ਪ੍ਰਮਾਤਮਾ ਬੇਹਲ ਕਰੇ ਤੁਹਾਡੇ ਸਾਰੇ ਧੰਨਵਾਦ ਧੰਨਵਾਦ ਬਹੁਤ ਧੰਨਵਾਦ ਸਾਡੀ ਸੇਵਾ ਦੀ ਲੋੜ ਵੀ ਸਾਨੂੰ ਦੱਸਣੀ ਨਹੀਂ ਨਹੀਂ ਅੰਟੀ ਤੁਹਾਡਾ ਅਸ਼ੀਰਵਾਦ ਹੈ ਪੂਰਾ ਅਸ਼ੀਰਵਾਦ ਜੀ ਤੁਸੀਂ ਵੈਸੇ ਹੀ ਕਹਿਣ ਦੀ ਲੋੜ ਨਹੀਂ ਬਾਈ ਹੁਣ ਨਾਲ ਹੀ ਖੜੇ ਨੇ ਹਮੇਸ਼ਾ